ਮੂੰਹ ਮਿੱਠਾ ਕਰਵਾਉਣ ਤੇ ਜਸ਼ਨ ਮਨਾਉਣ ਦੀਆਂ ਇਹ ਤਸਵੀਰਾਂ ਜਲੰਧਰ ਦੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀਆਂ ਨੇ ਜਿੱਥੇ ਆਪਣੀ ਧੀ ਹਰਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾ ਰਿਹਾ। ਇੱਕ ਬਾਂਹ ਤੋਂ ਵਿਹੋਣੇ ਉਸਦੇ ਪਿਓ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਕੁੜੀ ਉੱਚ ਸਿੱਖਿਆ ਲੈਣ ਲਈ ਕੈਨੇਡਾ ਜਾ ਕੇ ਪੜ੍ਹ ਸਕਦੀ ਹੈ। ਅਤੇ ਇਹ ਹੈ ਹਰਪ੍ਰੀਤ ਕੌਰ ਦਾ ਭਰਾ ਜੋ ਇਸ ਵੇਲੇ ਆਪਣੀ ਭੈਣ ਦਾ ਵੀਜ਼ਾ ਲੱਗਣ 'ਤੇ ਆਸ਼ਾਸ਼ ਕਰ ਰਿਹਾ ਹੈ। ਅਸਲ 'ਚ ਹਰਪ੍ਰੀਤ ਕੌਰ ਮੁਤਾਬਕ ਉਸਦੇ ਘਰ ਦੀ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਜ਼ਿਆਦਾ ਪੈਸੇ ਲਗਾ ਕੇ ਕੈਨੇਡਾ ਜਾ ਕੇ ਪੜ੍ਹਨ ਦਾ ਆਪਣਾ ਸੁਪਨਾ ਪੂਰਾ ਕਰ ਸਕੇ। ਪਰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਮਾਲਕ ਜੇਪੀ ਸਿੰਘ ਨੇ ਇਹ ਕਰਾਮਾਤ ਕਰਕੇ ਦਿਖਾਈ ਹੈ। सिर्फ 5000 डॉलर दे विच कैनेडा जाओ ते पहला मैं देख के बहुत हैरान हो गई। फिर मैं विजिट किया ते अप्लाई किया ते आज मेरा वीजा हाथ दे विच आ गया है। जेकर तुसी भी जाना चाहते हो बजट घट है सिर्फ 5000 डॉलर तक बजट है तो तुसी भी कैम्ब्रिज इंटरनेशनल अकैडमी ते विजिट करो ते अपना वीजा पाओ। भाई साहब मैं जेपी सिंह का बहुत बहुत धन्यवाद करता जिन्होंने मेरे 5000 डॉलर के बेटी का वीजा लवाया। इन्हों बहुत बहुत धन्यवाद करते हैं। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਮਾਲਕ ਜੇਪੀ ਸਿੰਘ ਨੇ ਜਿੱਥੇ ਹਰਪ੍ਰੀਤ ਕੌਰ ਦੇ ਵੀਜ਼ੇ ਦੀ ਕਹਾਣੀ ਸਾਂਝੀ ਕੀਤੀ ਤਾਂ ਨਾਲ ਹੀ ਇੱਕ ਵੱਡਾ ਆਫਰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਦਿੱਤਾ। ਜੇਪੀ ਸਿੰਘ ਮੁਤਾਬਕ ਆਉਣ ਵਾਲੀ 19 ਤੋਂ 22 ਅਪ੍ਰੈਲ ਤੱਕ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਇੱਕ ਕੈਨੇਡਾ ਸਿੱਖਿਆ ਮੇਲਾ ਕਰਵਾਉਣ ਜਾ ਰਹੀ ਹੈ। 19 ਅਤੇ 22 ਅਪ੍ਰੈਲ ਨੂੰ ਜਲੰਧਰ ਅਤੇ 20 ਅਤੇ 21 ਅਪ੍ਰੈਲ ਨੂੰ ਅੰਮ੍ਰਿਤਸਰ ਦਫ਼ਤਰ 'ਚ ਆਪਣੇ ਅਸਲੀ ਸਰਟੀਫਿਕੇਟ ਲੈ ਕੇ ਵਿਦਿਆਰਥੀ ਪਹੁੰਚਣ ਜਿਸਦੇ 12ਵੀਂ ਚੋਂ 60% ਨੰਬਰ ਅਤੇ ਆਈਲੈਟਸ ਚੋਂ 6 ਬੈਂਡ ਹੋਣ। ਸੋ ਲਗਾਤਾਰ 3 ਲੱਖ ਫੀਸ ਦੇ ਵਿੱਚ ਵੀਜ਼ੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ। ਅੱਜ ਵੀ ਜਿਹੜਾ ਇਹ ਸਟੂਡੈਂਟ ਦਾ ਵੀਜ਼ਾ ਆਇਆ ਜਿਹਦੇ ਫਾਦਰ ਬਹੁਤ ਹੀ ਗਰੀਬ ਸੀ ਔਰ ਉਹਨਾਂ ਦੀ ਡਿਮਾਂਡ ਸੀ ਕਿ ਉਹਨਾਂ ਦੀ ਬੇਟੀ ਦਾ ਵੀ ਵੀਜ਼ਾ ਲੱਗ ਜਾਏ ਤੇ ਤੁਸੀਂ ਦੇਖਿਆ ਹੀ ਹੋਣਾ ਕਿ ਇੱਕ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜਦੋਂ ਉਹਦੀ ਬੇਟੀ ਦਾ 3 ਲੱਖ ਦੇ ਵਿੱਚ ਵੀਜ਼ਾ ਆ ਗਿਆ। ਸੋ ਅਗਲੇ ਤੁਸੀਂ ਵੀ ਹੋ ਸਕਦੇ ਹੋ ਜੇਕਰ ਪੈਸੇ ਦੇ ਕਾਰਨ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਨਹੀਂ ਭੇਜ ਪਾ ਰਹੇ ਤੇ ਤੁਸੀਂ ਵੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਸਿੱਖਿਆ ਮੇਲਾ ਦਾ ਹਿੱਸਾ ਬਣੋ। 19 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਕੈਨੇਡਾ ਸਿੱਖਿਆ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਤੁਸੀਂ 1 ਸਾਲ ਦੀ ਫੀਸ 3 ਲੱਖ ਰੁਪਇਆ ਪੇ ਕਰਕੇ ਜਾ ਸਕਦੇ ਹੋ। ਹਾਰਦਿਕ ਗੁਪਤਾ ਦਾ ਵੀ ਵੀਜ਼ਾ ਆਇਆ ਜਿਹੜਾ ਅੰਮ੍ਰਿਤਸਰ ਤੋਂ ਰਹਿਣ ਵਾਲੇ, ਇਹ ਸਟੂਡੈਂਟ ਲੜਕੀ ਦਾ ਵੀ ਵੀਜ਼ਾ ਆਇਆ ਜਿਹੜੀ ਜਲੰਧਰ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਬਠਿੰਡਾ ਦਾ ਹਰਸਿਮਰਨਜੀਤ ਸਿੰਘ ਦਾ ਵੀ ਵੀਜ਼ਾ ਆਇਆ। ਸੋ ਲਗਭਗ 10 ਤੋਂ 15 ਵੀਜ਼ੇ ਅਪਰੂਵ ਹੋ ਚੁੱਕੇ ਨੇ ਜਿਨ੍ਹਾਂ ਦੀ ਫੀਸ 3 ਲੱਖ ਰੁਪਈਆ ਦੇ ਕੇ ਬੱਚੇ ਕੈਨੇਡਾ ਜਾ ਰਹੇ ਆ। ਜੇਕਰ ਤੁਸੀਂ ਵੀ ਫੀਸ ਦੇ ਕਾਰਨ ਕੈਨੇਡਾ ਨਹੀਂ ਜਾ ਪਾ ਰਹੇ, ਤੁਹਾਡੀ ਫੀਸ ਦਾ ਬਜਟ ਘੱਟ ਆ, ਤੁਸੀਂ 15-20 ਲੱਖ ਰੁਪਇਆ ਨਹੀਂ ਖਰਚਣਾ ਚਾਹੁੰਦੇ, 3 ਲੱਖ ਰੁਪਈਆ 1 ਸਾਲ ਦੀ ਫੀਸ ਆ, ਬਾਕੀ ਆਇਲਸ ਦੇ ਵਿੱਚੋਂ 6 ਈਚ ਬੈਂਡ ਚਾਹੀਦੇ ਨੇ ਜਾਂ ਓਵਰਆਲ 6-1 ਚੋਂ 5.5 ਆ ਤਾਂ ਵੀ ਤੁਸੀਂ ਕੈਨੇਡਾ ਜਾ ਸਕਦੇ ਹੋ। ਫੀਸ ਪੇ ਕਰਨੀ ਆ GIC ਤੁਸੀਂ ਪੇ ਕਰਨੀ ਆ ਜੇਕਰ ਤੁਹਾਡੀ ਪ੍ਰੋਫਾਈਲ SDS ਕੈਟਾਗਰੀ ਦੀ ਆ ਤੇ ਤੁਸੀਂ ਵੀ ਕੈਨੇਡਾ ਜਾ ਸਕਦੇ ਹੋ ਇਹਨਾਂ ਬੱਚਿਆਂ ਵਾਂਗ। ਸੋ ਜਲਦੀ ਤੋਂ ਜਲਦੀ ਆਪਣੀ ਸੀਟ ਬੁੱਕ ਕਰੋ ਔਰ ਸੈਮੀਨਾਰ ਦਾ ਹਿੱਸਾ ਬਣੋ। ਧੰਨਵਾਦ। ਸੋ ਜੇਕਰ ਤੁਸੀਂ ਵੀ ਇਸ ਕੈਨੇਡਾ ਸਿੱਖਿਆ ਮੇਲੇ ਦਾ ਹਿੱਸਾ ਬਣਨਾ ਹੈ ਤਾਂ ਤੁਸੀਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਫੋਨ ਨੰਬਰ ਉੱਤੇ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।